हेलो तो बेटा यह है सितंबर एग्जामिनेशन के लिए सिक्स क्लास साइंस का वीडियो नंबर टू ये वीडियो नंबर टू है इस तो पहला सी वन वन मार्क्स दे वीडियो नंबर वन पोस्ट की है जिदे पूरे पैंती क्वेश्चन असी कवर किए हैं ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਦੋ ਅਤੇ ਤਿੰਨ ਅੰਕ ਦੇ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਆ ਉਹ ਅਸੀਂ ਸ਼ਾਮਿਲ ਕੀਤੇ ਆ ਤੇ ਚਲੋ ਸ਼ੁਰੂ ਕਰਦੇ ਆ ਤੇ ਪਹਿਲਾ ਕੁਐਸਚਨ ਹੈ ਚੁੰਬਕ ਦੇ ਕੋਈ ਦੋ ਗੁਣ ਲਿਖੋ ਇਹਦਾ ਉੱਤਰ ਹੈ ਬੇਟਾ ਚੁੰਬਕ ਦੇ ਦੋ ਗੁਣ ਹੇਠ ਲਿਖੇ ਅਨੁਸਾਰ ਹੈ ਕਿਹੜੇ-ਕਿਹੜੇ ਹਨ ਪਹਿਲਾ ਹੈ ਚੁੰਬਕ ਦੇ ਦੋ ਦੁਰਗ ਹੁੰਦੇ ਹਨ ਮੈਗਨੇਟ ਹੈਜ਼ ਟੂ ਪੋਲਸ ਨੰਬਰ 2 ਸੁਤੰਤਰ ਲਟਕਾਇਆ ਜਾਂ ਸੁਤੰਤਰ ਲਟਕਾਉਣ ਤੇ ਚੁੰਬਕ ਹਮੇਸ਼ਾ ਧਰਤੀ ਦੀ ਉੱਤਰ ਦੱਖਣ ਦਿਸ਼ਾ ਵਿੱਚ ਠਹਿਰਦਾ ਹੈ freelys of standard magnets always stay in north south direction prashn number 2 hai janvaran ton praapt kite jaan wale koi do bhojan padarthan de naam likho eh prashn dooje tarike nal bhi aa sakda hai ki doodh ton bani vastuan de ਨਾ ਦੇਖੋ ਕਿ ਦੁੱਧ ਤੇ ਕਿਹੜੇ ਕਿਹੜੇ ਪਦਾਰਥ ਬਣਦੇ ਆ ਇਹਦਾ ਉੱਤਰ ਹੈ ਬੇਟਾ ਜਾਨਵਰਾਂ ਤੋਂ ਪ੍ਰਾਪਤ ਸਾਨੂੰ ਕਿਆ ਕਿਆ ਹੁੰਦਾ ਹੈ ਦੁੱਧ ਮਾਸ ਅਤੇ ਅੰਡੇ ਆਦਿ ਮਿਲਦੇ ਹਨ ਪ੍ਰਸ਼ਨ ਨੰਬਰ 3 ਸੰਤੁਲਿਤ ਭੋਜਨ ਕੀ ਹੈ ਬੈਲੈਂਸਡ ਡਾਈਟ ਇਹਦਾ ਉੱਤਰ ਹੈ ਬੇਟਾ ਅਜਿਹੇ ਭੋਜਨ ਜਿਸ ਵਿੱਚ ਸਰੀਰ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਮੋਟਾ ਆਹਾਰ ਅਤੇ ਪਾਣੀ ਉਚਿਤ ਮਾਤਰਾ ਵਿੱਚ ਮੌਜੂਦ ਉਸ ਨੂੰ ਅਸੀਂ ਸੰਤੁਲਿਤ ਭੋਜਨ ਕਹਿੰਦੇ ਹਾਂ ਪ੍ਰਸ਼ਨ ਨੰਬਰ 4 ਕੁਦਰਤੀ ਅਤੇ ਸੰਸਲੇਸ਼ਿਤ ਰੇਸੇ ਵਿੱਚ ਅੰਤਰ ਸਪਸ਼ਟ ਕਰੋ ਨੇਚਰਲ ਐਂਡ ਸਿੰਥੈਟਿਕ ਫਾਈਬਰ ਦੇ ਵਿੱਚ ਡਿਫਰੈਂਸ ਤਾਂ ਪਹਿਲਾ ਹੈ ਬੇਟਾ ਕੁਦਰਤੀ ਰੇਸੇ ਦੇ ਵਿੱਚ ਇਹ ਰੇਸੇ ਸਾਨੂੰ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ ਜਦਕਿ ਸੰਸਲੇਸ਼ਿਤ ਰੇਸੇ ਵਿੱਚ ਇਹ ਰੇਸੇ ਮਨੁੱਖ ਦੁਆਰਾ ਰਸਾਇਣਿਕ ਪ੍ਰਿਆਵਾਂ ਦੁਆਰਾ ਬਣਦੇ ਹਨ ਨੰਬਰ 2 ਹੈ ਜਿਸ ਦਾ ਉਦਾਹਰਣ ਹੋ ਗਿਆ ਇਹਦਾ ਰੂ ਊਨ ਰੇਸ਼ਮ ਆਦਿ ਜਦਕਿ ਸੰਸਲੇਸ਼ਿਤ ਰੇਸੇ ਦਾ ਉਦਾਹਰਣ ਹੋ ਗਏ ਨਾਈਲੋਨ ਪੋਲੀਐਸਟਰ ਆਦਿ प्रश्न नंबर पाँच पत्तिया थोड़ी गलती है बेटा इत पत्तिया दो पत्तिया दो मुख कम लिखो पत्तिया के मुख कम है जो पत्ते प्रकाश संश्लेषण क्रिया भोजन पका बनाते हैं नंबर दो पत्ते स्टोमटा राही गैसा का आदान प्रदान करते हैं क्योंकि बेटा दो 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 नंबर का क्वेश्चन है इस करके जो दो पार्ट है वो सफिशियंट है तुम तीन भी लिख सकते हो चार भी लिख सकते हो लेकिन दो पार्ट्ते ਸਫੀਸ਼ੀਐਂਟ ਪ੍ਰਸ਼ਨ ਨੰਬਰ 6 ਬਿਜਲੀ ਸੈਲ ਵਿੱਚ ਬਿਜਲੀ ਕਿਸ ਰੂਪ ਵਿੱਚ ਸਟੋਰ ਹੁੰਦੀ ਹੈ ਜਿਹੜਾ ਅਸੀਂ ਬਿਜਲੀ ਸੈਲ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਬਿਜਲੀ ਸੈਲ ਜਿਹੜਾ ਹੈ ਉਹ ਊਰਜਾ ਦਾ ਸੋਮਾ ਹੈ ਜਾਂ ਬਿਜਲੀ ਦਾ ਸੋਮਾ ਹੈ ਤੇ ਉਹ ਬਿਜਲੀ ਜਿਹੜੀ ਹੈ ਬਿਜਲੀ ਸੈਲ ਦੇ ਵਿੱਚ ਕਿਸ ਰੂਪ ਵਿੱਚ ਸਟੋਰ ਹੁੰਦੀ ਹੈ ਜਿਹੜਾ ਆਨਸਰ ਹੈ ਇਹਦਾ ਬਿਜਲੀ ਸੈਲ ਵਿੱਚ ਬਿਜਲੀ ਰਸਾਇਣਿਕ ਊਰਜਾ ਦੇ ਰੂਪ ਵਿੱਚ ਸਟੋਰ ਹੁੰਦੀ ਹੈ ਰਸਾਇਣਿਕ ਊਰਜਾ ਦੇ ਰੂਪ ਵਿੱਚ ਸਟੋਰ ਹੁੰਦੀ ਹੈ ਪ੍ਰਸ਼ਨ ਨੰਬਰ 7 ਆਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਹੈ ਇਸ ਦੂਰੀ ਨੂੰ ਕਿਲੋਮੀਟਰ ਵਿੱਚ ਬਦਲੋ ਤਾਂ ਇਹਦਾ ਉੱਤਰ ਹੋ ਜਾਏਗਾ 3000 दो सौ मीटर बराबर है तीन हज़ार दो सौ प्योंकि सूँ पता है एक मीटर या एक किलोमीटर कितने मीटर होंगे हज़ार तो बटा हज़ार जब इन असी डिवाइड करा तो आंसर आएगा तीन दशमलव दो किलोमीटर अगे है जी प्रश्न नंबर एट आवाजाही कोई दो साधना दे ना लिखो वो साधन जे आवाजाही वास्ते ਬਰਤੇ ਜਾਂਦੇ ਹਨ ਉੱਤਰ ਹੈ ਸਾਈਕਲ ਸਕੂਟਰ ਕਾਰ ਹਵਾਈ ਜਹਾਜ਼ ਲਿਖ ਸਕਦੇ ਹੋ ਸਮੁੰਦਰੀ ਜਹਾਜ਼ ਟ੍ਰੇਨ ਲਿਖ ਸਕਦੇ ਹੋ ਤੁਸੀਂ ਤੇ ਕੋਈ ਕਿਉਂਕਿ ਅਸੀਂ ਕੋਈ ਦੋ ਲਿਖਣਾ ਹੈ ਤੁਸੀਂ ਇਹਨਾਂ ਚ ਕੋਈ ਵੀ ਦੋ ਲਿਖ ਸਕਦੇ ਹੋ ਜੇਕਰ ਚਾਰ ਹੈ ਚਾਰ ਪੁੱਛੇ ਹੋਣਗੇ ਤਾਂ ਚਾਰ ਤੁਸੀਂ ਲਿਖ ਸਕਦੇ ਹੋ ਆਰਾਮ ਨਾਲ ਪ੍ਰਸ਼ਨ ਨੰਬਰ 9 ਹੈ ਬਿਜਲੀ ਸਰਕਟ ਕੀ ਹੁੰਦਾ ਹੈ ਬਿਜਲੀ ਸਰਕਟ ਕੀ ਹੁੰਦਾ ਹੈ ਦੇਖੋ ਬਿਜਲੀ ਸਰਕਟ ਵਿੱਚ ਬੈਟਰੀ ਇਸ ਤਰ੍ਹਾਂ ਪਤਾ ਹੀ ਸਾਨੂੰ ਕਿ ਇਹ ਇਸ ਤਰ੍ਹਾਂ ਜੋ ਜੋ ਹੈ ਬੈਟਰੀ ਦਾ ਸੰਕੇਤ ਹੈ ਬਿਜਲੀ ਯੰਤਰ ਬਿਜਲੀ ਯੰਤਰ ਦਾ ਮਤਲਬ ਹੈ ਬਲਬ इत्यादि ਅਤੇ ਸਵਿਚ ਇਹ ਸਵਿਚ ਹੈ ਪ੍ਰਵਾਹ ਲਈ ਬਿਜਲੀ ਪ੍ਰਵਾਹ ਲਈ ਮਾਰਗ ਪ੍ਰਦਾਨ ਕਰਦੀ ਹੈ ਨੂੰ ਬਿਜਲੀ ਸਰਕਟ ਕਹਿੰਦੇ ਹਨ ਮਤਲਬ ਬਿਜਲੀ सर्किट बैटरी बिजली यंत्र स्विच प्रवाह मार्ग तैयार कर दी है बिजली सर्किट कहा जाता है, है। प्रश्न नंबर दस भौतिक परिवर्तन और रसायनिक परिवर्तन अंतर लिखो भौतिक परिवर्तन हो गया एक साइड रसायनिक परिवर्तन बेटा याद रखना है जब भी दो के अंतर ਲਿਖਦੇ ਹੋ ਤੋ ਨੂੰ ਹਮੇਸ਼ਾ ਹੀ ਲਾਈਨ ਬਣਾ ਕੇ ਲਿਖਾ ਕਰੋ ਔਰ ਪਹਿਲੇ ਜਿਸ ਚੀਜ਼ ਬਾਰੇ ਉਹਦਾ ਲਿਖ ਰਿਹਾ ਹੈ ਉਹਦਾ ਹੀ ਸਾਹਮਣੇ ਉਹਦੇ ਤੁਲਨਾ ਕੀਤੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਕੋਈ ਨਵਾਂ ਇਨਕੀ ਭੌਤਿਕ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਜਦ ਕਿ ਰਸਾਇਣਿਕ ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ਹੁਣ ਅਸੀਂ ਇੱਥੇ ਗੱਲ ਕਰ ਰਹੇ ਹਾਂ ਕਿ ਭੌਤਿਕ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਤੇ ਇਹਦੇ ਸਾਹਮਣੇ ਇਹੀ ਅੰਤਰ ਹੋਣਾ ਚਾਹੀਦਾ ਇਦਾਂ ਨਹੀਂ ਹੋ ਸਕਦਾ ਕਿ ਇਹਦੇ ਸਾਹਮਣੇ ਅਸੀਂ ਉਦਾਹਰਣ ਲਿਖ ਕੇ ਬੈਠ ਜਾਂਦੇ ਆ ਉਹ ਗਲਤ ਹੈ ਨੰਬਰ 2 ਉਦਾਹਰਣ ਵਲ ਪਾਣੀ ਤੋਂ ਬਰਫ਼ ਬਣਨਾ ਇਹ ਭੌਤਿਕ ਪਰਿਵਰਤਨ ਹੈ ਕੋਈ ਨਵਾਂ ਪਦਾਰਥ ਨਹੀਂ ਬਣਿਆ ਜਦਕਿ ਰਸਾਇਣਿਕ ਪਰਿਵਰਤਨ ਦੇ ਵਿੱਚ ਦੁੱਧ ਤੋਂ ਦਹੀਂ ਦਾ ਬਣਨਾ ਇਹ ਰਸਾਇਣਿਕ ਪਰਿਵਰਤਨ ਹੈ हम जी तीन तीन अंक वाले प्रश्न प्रश्न नंबर एक है बिजली दे, दे उपकरण स्विच में स्पर्श करने तो पहला सानू अपने हाथ चंकी तरह सुकाने क्यों चाहिए हैं मतलब जेकर असी कोई भी बिजली का स्विच यूज़ करना है या उनना है ऑन करना है बंद करना है या फिर फ्यूज़ क्डना है या उनना है ਤੇ ਸਾਡੇ ਹੱਥ ਜਿਹੜੇ ਉਹ ਗਿੱਲੇ ਨਹੀਂ ਹੋਣੇ ਚਾਹੀਦੇ ਐ ਪਰ ਸਨ ਇਹ ਹੋ ਰਿਹਾ ਕਿ ਪਰ ਕਿਉਂ ਤੇ ਦੇਖੋ ਬਟਾ ਬਿਜਲੀ ਦੇ ਉਪਕਰਣ ਜਾਂ ਸਵਿਚ ਨੂੰ ਸਪਰਸ਼ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਚੰਗੀ ਤਰ੍ਹਾਂ ਸੁਕਾਉਣੇ ਚਾਹੀਦੇ ਹਨ ਕਿਉਂਕਿ ਆਮ ਤੌਰ ਤੇ ਤੁਹਾਨੂੰ ਪਤਾ ਹੀ ਹੈ ਪਾਣੀ ਬਿਜਲੀ ਦਾ ਚਾਲਕ ਹੈ ਇਸ ਲਈ ਗਿੱਲੇ ਹੱਥ ਨਾਲ इसलिए गिले हथ किसी बिजली उपकरण को स्पष्ट कर सूँ बिजली का झटका लग सकता है प्रश्न नंबर दो गिठ या कदम की लंबाई में मापण की तौर इत क्यों नहीं वरत्या जा सकता गिठ या कदम की लंबाई में कह रहा है मापण की मापन इकाई तौर पर क्यों नहीं वरत्या जा सकता जिस तरह सूँ पता ही है कि असी ਲੰਬਾਈ ਨੂੰ ਮਾਪਣ ਲਈ ਸਕੇਲ ਦੀ ਵਰਤੋਂ ਕਰਦੇ ਹਾਂ ਮੀਟਰ ਦੀ ਵਰਤੋਂ ਕਰਦੇ ਹਾਂ ਲੇਕਿਨ ਇਹ ਬੋਲ ਰਿਹਾ ਗਿੱਟ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ ਇੱਕ ਕਦਮ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ ਤਾਂ ਦੇਖਦੇ ਹਾਂ ਇਹਦਾ ਉੱਤਰ ਬਤੇ ਕਿਉਂਕਿ ਸਾਰੇ ਵਿਅਕਤੀਆਂ ਦੀ ਗਿੱਟ ਜਾਂ ਕਦਮ ਦੀ ਲੰਬਾਈ ਇੱਕੋ ਜਿਹੀ ਨਹੀਂ ਹੁੰਦੀ ਹੈ ਇਸ ਲਈ ਵੱਖ-ਵੱਖ ਵਿਅਕਤੀਆਂ ਦੁਆਰਾ ਗਿੱਟ ਜਾਂ ਕਦਮ ਨਾਲ ਮਾਪੀ ਹੋਈ ਲੰਬਾਈ ਇੱਕੋ ਜਿਹੀ ਨਹੀਂ ਹੋ ਸਕਦੀ ਇਸ ਲਈ ਗਿੱਟ ਜਾਂ ਕਦਮ ਦੀ ਲੰਬਾਈ ਮਾਪਣ ਦੀ मानक इई तौर पर नहीं वरत्या जा सकता क्योंकि किसी का हाथ या गिठ बड़ा हों बेटा किसी का छोटा होंगे है किसी के कदम बड़े हैं किसी के छोटे के कदम है तो वह लंबाई मापन मापण उपयुक्त नहीं है इस करके असरी लंबाई मापण वास्तव यूज नहीं करते तीजा प्रश्न है चुंबक के रोजाना जीवन कुछ उपयोग लिखो देखते हैं दे कि उपयोग है ਸਾਰੇ ਸਪੀਕਰਾਂ ਹੈੱਡਫੋਨਾਂ ਵਿੱਚ ਚੁੰਬਕ ਮੌਜੂਦ ਹੁੰਦਾ ਹੈ ਜਿਹੜੇ ਵੀ ਅਸੀਂ ਸਪੀਕਰ ਯੂਜ਼ ਕਰਦੇ ਆ ਜਾਂ ਹੈੱਡਫੋਨ ਯੂਜ਼ ਕਰਦੇ ਆ ਹਰੇਕ ਦੇ ਵਿੱਚ ਚੁੰਬਕ ਯੂਜ਼ ਹੁੰਦਾ ਹੈ ਨੰਬਰ 2 ਹੈ ਬਿਜਲੀ ਘੰਟੀ ਵਿੱਚ ਵੀ ਚੁੰਬਕ ਦੀ ਵਰਤੋਂ ਹੁੰਦੀ ਹੈ ਪਿਨ ਹੋਲਡਰ ਵਿੱਚ ਚੁੰਬਕ ਦੀ ਵਰਤੋਂ ਹੁੰਦੀ ਹੈ ਤੁਸੀਂ ਆਪਣੇ ਸਕੂਲ ਦੇ ਇਨਚਾਰਜ ਦੇ ਟੇਬਲ ਤੇ ਉੱਪਰ ਜਾਂ ਸਾਇੰਸ ਲੈਬ ਦੇ ਵਿੱਚ ਇੱਕ ਡੱਬਾ ਦੇਖਿਆ ਹੋਣਾ ਜਿਹਦੇ 'ਚ ਪਿੰਨ ਪਾਈ ਜਾਂਦੀ ਹੈ ਤੇ ਉਹ ਉਹਦੇ ਨਾਲ ਚਿਪਕਦੀ ਹੈ ਉਹਨੂੰ ਬੋਲਦੇ ਪਿਨ ਹੋਲਡਰ ਮੋਬਾਈਲ ਕਵਰ ਅਤੇ ਪਰਸ ਦੇ ਵਿੱਚ ਵੀ ਚੁੰਬਕ ਦੀ ਵਰਤੋਂ ਹੁੰਦੀ ਹੈ ਚੌਥਾ ਪ੍ਰਸ਼ਨ ਹੈ ਜੀ ਭੋਜਨ ਸੰਬੰਧੀ ਆਦਤਾਂ ਦੇ ਆਧਾਰ ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ? ਯਾਨੀ ਕਿ ਭੋਜਨ ਜਿਹੜੀ ਜਿਹੜੀ ਜਾਨਵਰਾਂ ਨੂੰ ਭੋਜਨ ਖਾਣ ਦੀ ਆਦਤ ਹੈ ਉਸ ਆਦਤ ਦੇ ਆਧਾਰ ਤੇ ਅਸੀਂ ਜਾਨਵਰਾਂ ਨੂੰ ਕਿਸ ਤਰ੍ਹਾਂ ਵਰਗੀ ਜਾਂ ਸ਼੍ਰੇਣੀਬੱਧ ਕੀਤਾ ਗਿਆ ਹੈ ਤੇ ਦੇਖਦੇ ਹਾਂ ਪਹਿਲੇ ਤਿੰਨ ਸ਼੍ਰੇਣੀਆਂ ਚ ਅਸੀਂ ਵੰਡੇ ਹੋਏ ਜਾਨਵਰਾਂ ਨੂੰ ਪਹਿਲਾ ਹੈ ਸਾਕਾਹਾਰੀ ਇਹ ਕੇਵਲ ਪੌਦਿਆਂ ਨੂੰ ਹੀ ਖਾਂਦੇ ਹਨ ਬੇੜਾ ਇਹਦਾ ਆਨਸਰ ਕਿ ਉਹ ਕਿਹੜੇ ਕਿਹੜੇ ਜਾਨਵਰ ਹੈ ਜਿਨ੍ਹਾਂ ਨੂੰ ਸਾਕਾਹਾਰੀ ਕਹਿੰਦੇ ਹਨ ਇਹਦਾ ਆਨਸਰ ਤੁਸੀਂ ਕਮੈਂਟ ਬਾਕਸ ਚ ਲਿਖਣਾ ਹੈ ਮਾਸਾहारी ਇਹ ਦੂਜੇ ਜਾਨਵਰਾਂ ਨੂੰ ਖਾਂਦੇ ਇਹ ਖਾਂਦੇ ਹਨ ਇਹਦਾ ਆਨਸਰ ਵੀ ਕਿਹੜੇ ਕਿਹੜੇ ਜਾਨਵਰ ਹੈ ਉਹਦਾ ਆਨਸਰ ਲਿਖਣਾ ਤੁਸੀਂ ਤੀਜਾ ਹੈ ਸਰਵ ਆਹਾਰੀ ਇਹ ਪੌਦੇ ਅਤੇ ਦੂਜੇ ਜਾਨਵਰਾਂ ਨੂੰ ਖਾਂਦੇ ਹਨ ਇਹਦਾ ਕਿਹੜੇ ਕਿਹੜੇ ਜਾਨਵਰ ਹੈਗੇ ਹੋ ਇਹਦਾ ਆਨਸਰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਜ਼ਰੂਰ ਲਿਖਿਓ ਪ੍ਰਸ਼ਨ ਨੰਬਰ 5 ਸਜੀਵ ਅਤੇ ਨਿਰਜੀਵ ਵਸਤੂਆਂ ਵਿਚ ਅੰਤਰ ਸਪਸ਼ਟ ਕਰੋ ਸਜੀਵ ਅਤੇ ਨਿਰਜੀਵ ਤੁਸੀਂ ਜੀਵ ਨਿਰਜੀਵ ਪਹਿਲਾ ਇਹ ਜੀ ਸਜੀਵ ਵਸਤੂਆਂ ਗਤੀ ਕਰ ਸਕਦੀਆਂ ਹਨ ਜਿਹੜੀ ਸਜੀਵ ਵਸਤੂਆਂ ਹਨ ਉਹ ਗਤੀ ਕਰ ਸਕਦੀਆਂ ਜਦਕਿ ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀ ਜਿਵੇਂ ਟੇਬਲ ਕੁਰਸੀ ਚੇਅਰ ਜੋ ਵੀ ਹੈ ਇਹ ਨਿਰਜੀਵ ਹੈ ਨੰਬਰ 2 ਇਹਨਾਂ ਵਿੱਚ ਵਾਧਾ ਹੁੰਦਾ ਹੈ ਇਹ ਬਦਲੀਆਂ ਆਏਗੀਆਂ ਜਦਕਿ ਨਿਰਜੀਵ ਵਸਤੂਆਂ ਵਿੱਚ ਵਾਧਾ ਨਹੀਂ ਹੁੰਦਾ 3 ਇਹ ਸਾਹ ਲੈ ਸਕਦੀਆਂ ਹਨ ਜਦਕਿ ਨਿਰਜੀਵ ਵਸਤੂਆਂ ਸਾਹ ਨਹੀਂ ਲੈ ਸਕਦੀਆਂ ਨੰਬਰ 4 ਇਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ਆਪਣੇ ਜੀਵਨ ਬਚਾਉਣ ਵਾਸਤੇ ਸੰਜੀਵਨ ਨੂੰ ਭੋਜਨ ਦੀ ਲੋੜ ਹੁੰਦੀ ਹੈ ਜਦਕਿ ਨਿਰਜੀਵ ਨੂੰ ਭੋਜਨ ਦੀ ਲੋੜ ਨਹੀਂ ਹੁੰਦੀ। ਨੰਬਰ 5 ਹੈ ਇਹ ਮਹਿਸੂਸ ਕਰ ਸਕਦੀਆਂ ਹਨ। ਮਤਲਬ ਕੋਈ ਇਹਨਾਂ ਨੂੰ ਛੱਟ ਲਗੇ ਤਾਂ ਉਹ ਮਹਿਸੂਸ ਕਰ ਸਕਦੀਆਂ ਕੋਈ ਫੀਲਿੰਗ ਉਹਨਾਂ ਦੇ ਵਿੱਚ ਹੁੰਦੀ ਹੈ ਜਦਕਿ ਨਿਰਜੀਵ ਵਸਤੂਆਂ ਵਿੱਚ ਇਹ ਕੁਝ ਵੀ ਮਹਿਸੂਸ ਨਹੀਂ ਕਰਦੇ। ਤਾਂ ਬੇਟਾ ਇਹ ਤੇ 2 2 ਔਰ 3 3 ਨੰਬਰ ਦੇ ਕੁਐਸਚਨ ਸਪਟੰਬਰ ਐਗਜ਼ਾਮੀਨੇਸ਼ਨ ਦੀ ਪ੍ਰੀਪਰੇਸ਼ਨ ਵਾਸਤੇ ਵੀਡੀਓ ਨੰਬਰ 1 ਦੇ ਵਿੱਚ 35 ਕੁਐਸਚਨ ਤੁਹਾਡੇ ਅਸੀਂ ਪੋਸਟ ਕੀਤੇ ਹੋਏ ਕਈ ਬੱਚਿਆਂ ਦੇ ਉਹਦੇ ਵਿੱਚ ਕਮੈਂਟ ਹੈ ਕਿ ਸਰ ਇੱਕ ਜਾਂ ਦੋ ਕੁਐਸਚਨ ਦੇ ਵਿੱਚ ਸਪੈਲਿੰਗ ਮਿਸਟੇਕ ਹੈ ਤੇ ਬੇਟਾ ਜਿਸ ਟਾਈਮ ਅਸੀਂ ਟਾਈਪ ਕਰਦੇ ਹਾਂ ਉਹ ਛੇਤੀ ਛੇਤੀ ਟਾਈਪ ਹੁੰਦਾ ਹੈ ਤੇ ਸਪੈਲਿੰਗ ਮਿਸਟੇਕ ਹੋ ਸਕਦੀ ਹੈ ਤੇ ਉਹਨੂੰ ਤੁਸੀਂ ਆਪਣੇ ਆਪ ਹੀ ਆਟੋ ਕਰੈਕਟ ਕਰ ਲੈਣਾ ਹੈ ਆਪਣੀ ਟੈਕਸਟ ਬੁੱਕ ਜਾਂ ਫਿਰ ਫੇਅਰ ਕਾਪੀ ਦੇਖ ਕੇ ਤੇ ਇਸ ਵੀਡੀਓ ਦੇ ਵਿੱਚ ਇਤਨਾ ਹੀ ਜਲਦੀ ਦੂਜੀ ਵੀਡੀਓ ਲੈ ਕੇ حاضر ਹੋਵਾਂਗੇ ਜਦ ਤੱਕ ਨਮਸਕਾਰ